ਅਸੀਂ ਅਕਸਰ ਜਾਨਵਰਾਂ ਨਾਲ ਗੱਲਬਾਤ ਕਰਦੇ ਹੋਏ ਮਨੁੱਖਾਂ ਦੇ ਵੀਡੀਓਜ਼ ਸੋਸ਼ਲ ਮੀਡੀਆ ਤੇ ਦੇਖਦੇ ਹਾਂ। ਹਾਲਾਂਕਿ ਜ਼ਿਆਦਾਤਰ ਵੀਡੀਓਜ਼ ਪਿਆਰੇ ਹੁੰਦੇ ਹਨ ਅਤੇ ਪਾਲਤੂ ਜਾਨਵਰਾਂ ਜਾਂ ਬਿੱਲੀਆਂ ਨੂੰ ਸ਼ਾਮਲ ਕਰਦੇ ਹਨ। ਉਹਨਾਂ ਵਿੱਚੋਂ ਕੁਝ ਖਤਰਨਾਕ ਤੌਰ 'ਤੇ ਬਣੀ ਵੀਡੀਓਜ਼ ਹੁੰਦੀ ਹੈ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਔਖਾ ਹੁੰਦਾ ਹੈ। ਹਾਲੇ ਹੀ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਔਰਤ ਸ਼ੇਰ ਨਾਲ ਇਸ ਤਰ੍ਹਾਂ ਗੱਲਬਾਤ ਕਰਦੀ ਹੈ ਜਿਵੇਂ ਕਿ ਉਹ ਉਸ ਦਾ ਪੈਟ ਹੋਵੇ। स्वागत है ਤੁਹਾਡਾ ਸਾਡੇ ਇਨਫੋਟੇਨਮੈਂਟ ਜ਼ੋਨ ਦੇ ਵਿੱਚ। ਵੀਡੀਓ 'ਚ ਔਰਤ ਨੂੰ ਸ਼ੇਰ ਦਾ ਸਿਰ ਖੁਰਕਦੇ ਦੇਖਿਆ ਜਾ ਸਕਦਾ ਹੈ। ਇੱਕ ਸ਼ੇਰਨੀ ਬਿਸਤਰੇ ਤੇ ਸ਼ੇਰ ਦੇ ਕੋਲ ਪਈ ਹੈ ਜਦਕਿ ਬਾਕੀਆਂ ਨੂੰ ਉਹਨਾਂ ਦੇ ਪਿੱਛੇ ਪਿੰਜਰੇ ਵਿੱਚ ਦੇਖਿਆ ਜਾ ਸਕਦਾ ਹੈ। ਜੇ ਸ਼ੇਰ ਨੂੰ ਉਹ ਸਕ੍ਰੈਚ ਕਰ ਰਹੀ ਹੈ ਉਸ ਨੂੰ ਵੀ ਬੇੜੀਆਂ ਨਾਲ ਬੰਨਿਆ ਜਾਂਦਾ ਹੈ, ਪਰ ਇਹ ਬੇੜੀਆਂ ਸ਼ੇਰ ਦੀ ਮੂਵਮੈਂਟ ਨੂੰ ਕਿਸੇ ਵੀ ਤਰ੍ਹਾਂ ਸੀਮਿਤ ਨਹੀਂ ਕਰਦੀਆਂ। ਆਓ ਦੇਖਦੇ ਹਾਂ ਵੀਡੀਓ। ਇਹ ਵੀਡੀਓ ਮਰਹੂਮ ਸਟੀਵ ਅਰਵਿਨ ਦੇ ਕ੍ਰੋਕੋਡਾਈਲ ਹੰਟਰ ਸ਼ੋਅ ਦੇ ਇੰਡੀਅਨ ਵਰਜ਼ਨ ਵਾਂਗ ਜਾਪਦਾ ਹੈ। ਆਸਟ੍ਰੇਲੀਆਈ ਚਿੜੀਆਘਰ ਜਾਨਵਰਾਂ ਨੂੰ ਪਿਆਰ ਕਰਦਾ ਸੀ ਅਤੇ ਉਹਨਾਂ ਲਈ ਆਪਣੇ ਪਿਆਰ ਲਈ ਵੀ ਬਹੁਤ ਮਸ਼ਹੂਰ ਸੀ। ਵੀਡੀਓ 'ਚ ਸ਼ੇਰ ਬੇਸਹਾਰਾ ਨਜ਼ਰ ਆ ਰਿਹਾ ਹੈ ਅਤੇ ਔਰਤ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਰੱਖਦਾ। ਇਹ ਮੰਨਣਾ ਗਲਤ ਨਹੀਂ ਹੈ ਕਿ ਸ਼ੇਰਾਂ ਨੂੰ ਇਸ ਤਰੀਕੇ ਨਾਲ ਕਾਬੂ ਕੀਤਾ ਗਿਆ ਹੈ ਅਤੇ ਟ੍ਰੇਨ ਕੀਤਾ ਗਿਆ ਹੈ ਤਾਂ ਜੋ ਗੱਲਬਾਤ 'ਤੇ ਮਨੁੱਖਾਂ 'ਤੇ ਹਮਲਾ ਨਾ ਕੀਤਾ ਜਾ ਸਕੇ। ਹਾਲਾਂਕਿ ਇਹ ਦੇਖਣਾ ਅਸਾਧਾਰਨ ਨਹੀਂ ਹੈ ਕਿ ਮਨੁੱਖਾਂ ਨੂੰ ਅਜਿਹੀਆਂ ਖਤਰਨਾਕ ਬਿੱਲੀਆਂ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਥਾਈਲੈਂਡ ਦੇ ਕੰਚਨਾਬੁਰੀ ਪ੍ਰਾਂਤ ਵਿੱਚ ਇੱਕ ਮੰਦਿਰ ਜਿਸ ਦਾ ਨਾਮ ਵਾਟ ਫਾ ਲੁਆਂਗ ਤਾ ਬੂਆ ਯਾਨਾ ਸੰਪੰਨੋ ਹੈ, ਉਸ ਨੂੰ ਟਾਈਗਰ ਟੈਂਪਲ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਹ ਮੰਦਿਰ ਅਣਗਿਣਤ ਜੰਗਲੀ ਜਾਨਵਰਾਂ ਖਾਸ ਕਰਕੇ ਇੰਡੋ ਚੀਨੀ ਟਾਈਗਰਾਂ ਲਈ ਇੱਕ ਸਥਾਨ ਹੈ। ਮੰਦਿਰ ਫੀਸ ਲੈਂਦਾ ਹੈ ਅਤੇ ਲੋਕਾਂ ਨੂੰ ਬਾਘਾਂ ਨੂੰ ਪਾਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇੰਸਟਾਗ੍ਰਾਮ ਵੀਡੀਓ ਤੇ 22,000 ਤੋਂ ਵੱਧ ਲਾਈਕਸ ਅਤੇ 4,00,000 ਤੋਂ ਵੱਧ ਵਿਊਜ਼ ਹਨ। ਕਮੈਂਟਸ ਵਿੱਚ ਲੋਕਾਂ ਨੇ ਪੁੱਛਿਆ ਕਿ ਕੀ ਔਰਤ ਸ਼ੇਰ ਨੂੰ ਪਾਲਦੇ ਹੋਏ ਡਰਦੀ ਨਹੀਂ ਸੀ ਅਤੇ ਟਿੱਪਣੀ ਕੀਤੀ ਕਿ ਕੀ ਤੁਸੀਂ ਡਰਦੇ ਨਹੀਂ ਹੋ, ਕੀ ਤੁਹਾਨੂੰ ਡਰ ਨਹੀਂ ਲੱਗਦਾ। ਇੱਕ ਹੋਰ ਯੂਜ਼ਰ ਨੇ ਸੁਝਾਅ ਦਿੱਤਾ ਕਿ ਸ਼ੇਰ ਦੇ ਬੇੜੀਆਂ ਵਿੱਚ ਹੋਣ ਕਾਰਨ ਔਰਤ ਕਾਫੀ ਬਹਾਦੁਰ ਸੀ ਅਤੇ ਟਿੱਪਣੀ ਕੀਤੀ ਕਿ ਜੇਕਰ ਤੁਸੀਂ ਹਿੰਮਤ ਕਰਦੇ ਹੋ ਤਾਂ ਸ਼ੇਰ ਤੇ ਬੇੜੀਆਂ ਤੋਂ ਬਿਨਾਂ ਕਰੋ, ਸ਼ੋਅ ਆਫ ਕਰਕੇ ਜਾਨਵਰ ਤੇ ਜ਼ੋਰ ਨਾ ਚਲਾਓ। ਤੁਹਾਨੂੰ ਲੱਗਦਾ ਹੈ ਕਿ ਔਰਤ ਹਿੰਮਤੀ ਹੈ ਜਾਂ ਕਿ ਤੁਸੀਂ ਯੂਜ਼ਰਸ ਦੇ ਕਮੈਂਟਸ ਨਾਲ ਸਹਿਮਤ ਹੋ? ਸਾਨੂੰ ਆਪਣੇ ਸੁਝਾਅ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਜੀ। ਸੋ ਜੁੜੇ ਰਹੋ ਇਹੋ ਜਿਹੀ ਦਿਲਚਸਪ ਅਪਡੇਟਸ ਲਈ ਪੰਜਾਬ ਟੋਡੇ ਦੇ ਨਾਲ। ਸਤਿ ਸ਼੍ਰੀ ਅਕਾਲ।